ਪਹਿਲੀ ਗੱਲ ਤਾਂ ਇਹ ਹੈ ਕਿ ਮੈਂ ਕਿਸੇ ਦਾ ਕੋਈ ਸਰਟੀਫਿਕੇਟ ਸਰਟੀਫਿਕੇਟ ਨਹੀਂ ਐਕਸੈਪਟ ਕਰਦਾ ਮੈਂ ਕਰੂੰਗਾ ਜੋ ਅਸੀਂ ਆਪ ਹੀ ਚੈੱਕ ਕਰਾਂਗੇ ਜਿਹੜਾ ਜਹਾਜ਼ ਆਊਗਾ ਬੰਦੇ ਚੈੱਕ ਹੋਣਗੇ ਜਿਨ੍ਹਾਂ ਨੂੰ ਕੁਝ ਕੋਵਿਡ ਦਾ ਕੁਝ ਸਿੰਪਟਮਸ ਨਜ਼ਰ ਆਉਣ ਉਹ ਜਾਣਗੇ ਇੰਟੂ ਆਈਸੋਲੇਸ਼ਨ ਜਿਹੜੇ ਜਿਹੜੀ ਕੁਆਰੰਟਾਈਨ ਸਾਡੀ ਹਸਪਤਾਲ ਦੇ ਵਿੱਚ ਉਹਨਾਂ ਨੂੰ ਉੱਥੇ ਦੇਖਿਆ ਜਾਊਗਾ ਇਹ ਮੈਂ ਕੋਈ ਸਰਟੀਫਿਕੇਟ ਬਾਹਰੋਂ ਨਹੀਂ ਐਕਸੈਪਟ ਕਰੂੰਗਾ ਜੋ ਮਰਜ਼ੀ ਦੇ ਦੇਣ ਕੋਈ ਵੀ ਕਾਗਜ਼ਕੂਕਿਜ਼ ਬਣਾ ਦੇਣ ਕਿਵੇਂ ਹੋ ਸਕਦਾ ਹੈ ਕਿ ਜਦ ਦੁਬਈ ਸਾਰਿਆਂ ਨੂੰ ਚੈੱਕ ਕਰਦੀ ਹੈ ਔਰ ਉਹਨਾਂ ਨੂੰ ਭੇਜ ਦਿੰਦੀ ਹੈ ਤਾਂ ਇਹ ਦੁਬਈ ਦੇ ਵਿੱਚ ਅਗਰ ਇਹ ਜੀ ਗੱਲ ਕੋਈ ਹੋ ਜੇ ਤਾਂ ਦੂਜੇ ਮੁਲਕ ਜਿਹੜੇ ਹੁਣ ਗੈਬੌਨ ਹੈ ਜਾਂ ਹਾਈਟੀ ਹੈ ਜਾਂ ਕਿਸੇ ਤੁਹਾਡਾ ਖਿਆਲ ਉਹ ਸਰਟੀਫਿਕੇਟ ਨੂੰ ਉਹ ਠੀਕ ਰਹਿਣਗੇ ਮੈਂ ਹੋ ਸਕਦਾ ਹੈ ਕਿ ਜਰਮਨੀ ਵਿੱਚ ਕੋਈ ਠੀਕ ਕਰ ਦੇ ਸਵਿਟਜ਼ਰਲੈਂਡ ਵਿੱਚ ਠੀਕ ਕਰ ਦੇ ਲੇਕਿਨ ਬਹੁਤ ਮੁਲਕ 88 ਮੁਲਕਾਂ ਤੋਂ ਲੋਗਾ ਨਹੀਂ ਆਉਣਾ ਹੈ ਉੱਥੇ ਉੱਥੇ ਛੋਟੇ ਛੋਟੇ ਮੁਲਕੇ ਨੇ ਉੱਥੇ ਮੈਂ ਨਹੀਂ ਉਹਨਾਂ ਦੀ ਐਕਸੈਪਟ ਕਰਦਾ ਸਰਟੀਫਿਕੇਟ ਹਰ ਟ੍ਰੇਨ ਜਾਂ ਹਰ ਬੱਸ ਸਟਾਪ ਤੇ ਜੋ ਪੁਆਇੰਟ ਟੂ ਪੁਆਇੰਟ ਜਾਂਦੀ ਹੈ ਅਸੀਂ ਉੱਥੇ ਜਿਹੜਾ ਵੀ ਉਥੋਂ ਸਾਡੇ ਲੋਕ ਉਤਰਨਗੇ ਟ੍ਰੇਨਾਂ ਤੋਂ ਕੱਲੇ ਕੱਲੇ ਦਾ ਚੈੱਕ ਹੋ ਅਸੀਂ ਐ ਨਹੀਂ ਜਾਣ ਦੇਵਾਂਗੇ ਟ੍ਰੇਨਾਂ ਤੋਂ ਵਾਜੇ ਜਿਵੇਂ ਜਹਾਜ਼ਾਂ ਤੇ ਹੁੰਦਾ ਹੈ ਸਾਡੇ ਰੇਲਵੇ 에어ਪੋਰਟਸ ਤੇ ਉੱਪਰ ਕੱਲੇ ਕੱਲੇ ਬੰਦੇ ਨੂੰ ਚੈੱਕ ਕੀਤਾ ਐਸੇ ਹੀ ਟ੍ਰੇਨਾਂ ਦੇ ਵਿੱਚ ਹੋਊਗਾ ਐਸੇ ਜਿੱਥੇ ਪੁਆਇੰਟ ਟੂ ਪੋਰਟ ਆਉਂਦੀ ਹੈ ਫਰਜ਼ ਕਰੋ ਹਾਲੇ ਤੱਕ ਇੰਟਰ ਸਟੇਟ ਆਪਣੀ ਟ੍ਰਾਂਸਪੋਰਟ ਨਹੀਂ ਚੱਲੀ ਪਰ ਜਦ ਚੱਲੂ ਅਗਰ ਦਿੱਲੀ ਤੋਂ ਕੋਈ ਬੱਸ ਆਉਗੀ ਚੰਡੀਗੜ੍ਹ ਤਾਂ ਹੀ ਵਿਲ ਕੱਲੇ ਕੱਲੇ ਪੈਸੇਂਜਰ ਨੂੰ ਚੈੱਕ ਕੀਤਾ ਜਾਊਗਾ ਸੋ ਇਹ ਚੀਜ਼ਾਂ ਨਾ ਤੁਸੀਂ ਬਿਮਾਰੀ ਕਰੋ ਅਸੀਂ ਕਿਸੇ ਨੂੰ ਇੱਥੇ ਬਿਮਾਰੀ ਨਾਲ ਉਰੇ ਆਉਣ ਨਹੀਂ ਦੇਣਾ ਸੇਟਾਂ ਦੇ ਵਿੱਚ ਤੁਸੀਂ 60000 ਲੋਕ ਆਉਣਾ ਚਾਹੁੰਦੇ ਹੋ ਜਦਾ ਆਓਗੇ ਅਸੀਂ ਤੁਹਾਡਾ ਤੁਹਾਡਾ ਪ੍ਰਬੰਧ ਕਰ ਰਹੇ ਹਾਂ ਜਦ ਅਸੀਂ ਪ੍ਰਬੰਧ ਕਰ ਸਕਦੇ ਹਾਂ ਆਪਣੀ ਮਾਈਗ੍ਰੈਂਟ ਲੇਬਰ ਦਾ ਤਾਂ ਅਸੀਂ ਆਪਣੇ ਬੰਦਿਆਂ ਨੂੰ ਲਿਆਉਣ ਦਾ ਵੀ ਪ੍ਰਬੰਧ ਕਰ ਸਕਦੇ ਹਾਂ ਲੇਕਿਨ ਤੁਹਾਨੂੰ ਕੁਆਰੰਟਾਈਨ ਕਰਨਾ ਉਹੀ ਤਰੀਕਾ ਜੋ ਮੈਂ ਤੁਹਾਨੂੰ ਦੱਸਿਆ 14 ਦਿਨ ਬਾਅਦ ਡਬਲ ਹੋ ਜਾਂਦੇ ਆ ਹਿੰਦੁਸਤਾਨ ਦੇ ਜਿਹੜੇ ਇਹ ਆਪਣੇ ਮਰੀਜ਼ ਨੇ ਔਰ ਦਿੱਲੀ ਦੇ ਵਿੱਚ 15 ਦਿਨ ਹੈ ਪੰਜਾਬ ਦੇ ਵਿੱਚ 86 ਦਿਨ ਤੋਂ ਬਾਅਦ ਸਾਡੀ ਡਬਲਿੰਗ ਹੋ ਰਹੀ ਹੈ ਉਹਦਾ ਮਤਲਬ ਕੰਟਰੋਲ ਬੜਾ ਅੱਛਾ ਹੈ ਸਾਡੇ ਦੇ ਉੱਪਰ 86 ਦਿਨ ਡਬਲਿੰਗ ਰੇਟ ਪੰਜਾਬ ਦਾ 86 ਦਿਨ ਤਾਂ ਬਹੁਤ ਵੱਡੀ ਜਰ ਵੱਡੀ ਚੀਜ਼ ਹੈ ਜਿੱਥੇ ਤਾਂ ਹੀ ਲੋਕ ਸਾਡੇ ਬਾਹਰ ਜਾਣਾ ਚਾਹੁੰਦੇ ਸੀ ਸਾਡੇ ਮਾਈਗ੍ਰੈਂਟ ਲੇਬਰ ਹੈ ਉਹ ਆਪਣੇ तकरीबन 13 ਲੱਖ ਦੇ ਕਰੀਬ ਆਪਣੇ ਪੰਜਾਬ ਚ ਹੈ ਔਰ ਉਹ ਸਾਰੇ ਜਿੱਥੇ ਲੁਧਿਆਣਾ ਅੰਮ੍ਰਿਤਸਰ ਜਲੰਧਰ ਵਗੈਰਾ ਸਾਰੇ ਕਿਤੇ ਜਿੱਥੇ ਇੰਡਸਟਰੀ ਲੱਗੀ ਹੈ ਉੱਥੇ ਜ਼ਿਆਦਾ ਉੱਥੇ ਰਹੇ ਉਹਨਾਂ ਨੇ ਵੀ ਸੋਚ ਦੇਖਿਆ ਜਿਹੜਾ ਕੁਝ ਹੋ ਰਿਹਾ ਕਰੋਨਾ ਚ ਔਰ ਆਪਣੇ ਬੜੇ ਸਾਲਾਂ ਤੋਂ ਇੱਥੇ ਕੰਮ ਕਰਦੇ ਆਏ ਨੇ ਤੇ ਉਹਨਾਂ ਨੇ ਕਈ ਸੋਚਿਆ ਕਿ ਅਸੀਂ ਘਰਾਂ ਜਾ ਕੇ ਆਪਣੇ ਪਰਿਵਾਰਾਂ ਨੂੰ ਮਿਲ ਲਈ ਉਹਨਾਂ ਦੇ ਵਾਸਤੇ ਅਸੀਂ ਟ੍ਰੇਨਾਂ ਕੀਤੀਆਂ ਨੇ ਔਰ 607 ਬੱਸਾਂ ਜੋ ਚਮਨਾ ਦੇ ਨਾਲ ਜੋ ਯੂਪੀ ਦਾ ਹਿੱਸਾ ਹੁੰਦਾ ਹੈ ਸਹਾਰनपुर ਵਗੈਰਾ ਉੱਥੇ ਤਾਈ ਬੱਸਾਂ ਭੇਜੀਆਂ ਨੇ ਅੰਦਰ ਦੇ ਪਾਸੇ ਬਿਹਾਰ ਨੂੰ Jharkhand Odisha ਔਰ ਔਰ UP ਵਗੈਰਾ ਦੇ ਵਿੱਚ ਤੁਸੀਂ ਪਿਆ ਕਿ ਚੋਣਾ ਲੱਗਣਾ ਹੈ ਉਹਦੇ ਵਿੱਚ ਲੇਬਰ ਦੀ ਸ਼ਾਰਟੇਜ ਦੇਖੋ ਇੱਕ ਬਹੁਤ ਲੇਬਰ ਕਰ ਰਹੇ ਮੈਂ ਤੁਹਾਨੂੰ ਦੱਸਿਆ ਸੀ 13 ਲੱਖ ਲੇਬਰ ਸੀ ਹਾਲੇ ਤੱਕ 3 ਲੱਖ ਗਈਆਂ 10 ਲੱਖ ਲੇਬਰ ਮਾਈਗ੍ਰੈਂਟ ਲੇਬਰ ਹਾਲੇ ਹੈ ਸਾਡੇ ਕੋਲ ਲੇਬਰ ਦਾ ਵੀ ਮੇਰਾ ਤਾਂ ਕਮੀਨਾ ਹੋਏ ਲੇਕਿਨ ਇੱਕ ਹੋਰ ਨਵਾਂ ਜੋ ਪੰਜਾਬ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਨੇ ਦੱਸਿਆ ਡ੍ਰਿਲ ਸੀਡਿੰਗ ਨਾਲ ਡ੍ਰਿਲ ਨਾਲ ਬੜੇ ਲੋਕ ਆਪਣੀ ਝੋਨਾ ਬੀਜਣਾ ਚਾਹੁੰਦੇ ਨੇ ਜਿਵੇਂ ਕਣਕ ਆਪਾਂ ਡ੍ਰਿਲ ਕਰਦੇ ਆ ਐਸੀ ਝੋਨਾ ਡ੍ਰਿਲ ਕਰਨਾ ਚਾਹੁੰਦੇ ਨੇ ਔਰ ਹੋ ਸਕਦਾ ਹੈ ਆਪਾਂ ਪਹਿਲਾਂ ਆਪਣੀ ਬਰੀਰੀ ਲਾਉਂਦੇ ਸੀ ਫਿਰ ਚੱਕ ਪੱਟ ਕੇ ਉਥੋਂ ਲੈ ਜਾਂਦੇ ਸੀ ਖੇਤ ਦੇ ਵਿੱਚ ਔਰ ਉੱਥੇ ਅਸੀਂ ਲਗਾਉਂਦੇ ਸੀ ਹੁਣ ਜਦ ਤੁਸੀਂ ਡਾਇਰੈਕਟ ਸੀਡਿੰਗ ਕਰਕੇ ਤੁਸੀਂ ਆਪਣੀ ਸਿੱਧਾ ਹੀ ਤੁਸੀਂ ਫਸਲ ਲੈ ਸਕੋ ਤਾਂ ਫਿਰ ਇਹਦੇ ਵਿੱਚ ਪੈਸੇ ਵੀ ਤੁਹਾਡੇ ਬੜੇ ਬਚ ਜਣੇ ਨੇ ਹੁਣ ਸੁਣਿਆ ਬਹੁਤ ਲੋਕ ਬਹੁਤ ਕੁਝ ਮੰਗ ਰਹੇ ਨੇ 1 ਏਕੜ ਦਾ ਕਿਤੇ 5000 ਕਿਤੇ 6000 ਕਿਤੇ 7000 ਚੋਨਾ ਟ੍ਰਾਂਸਪਲੈਂਟਿੰਗ ਨੂੰ ਉਹ ਸਾਰਾ ਤੁਹਾਡਾ ਪੈਸਾ ਬਚ ਜਾਊਗਾ ਜੇ ਤੁਸੀਂ ਇਹ ਕਰੋਗੇ ਸੋ ਇਹ ਕਈ ਲੋਕ ਕਰ ਰਹੇ ਨੇ ਮਸ਼ੀਨਾ ਬਣ ਰਹੀ ਨੇ ਤੇ ਡ੍ਰਿਲਿੰਗ ਹੋ ਰਹੀ ਹੈ ਪੰਜਾਬ ਦੇ ਵਿੱਚ ਲੋਕ ਹਾਲੇ ਤਾਂ ਨਹੀਂ ਸ਼ੁਰੂ ਕੀਤਾ ਲੇਕਿਨ ਤਿਆਰੀ ਕਰ ਰਹੇ ਨੇ ਉਸ ਦੀ ਅੱਜ ਜੋ ਮੈਂ ਇੱਕ ਅ ਅਮਰੀਕਾ ਦਾ ਹੀ ਵਿਰਲੋਜੀਸਟ ਇਹ ਵਾਇਰਸ ਹੈ ਨਾ ਵਿਰਲੋਜੀਸਟ ਦਾ ਮੈਂ ਦੇਖ ਰਿਹਾ ਸੀ ਟੈਲੀਵਿਜ਼ਨ ਉਹਨੇ ਕਿਹਾ ਕਿ ਤੁਸੀਂ ਸਮਝਦੇ ਹੋ ਕਿ ਹੁਣ ਕੋਈ ਉਸ ਕੋਈ ਇਹਦਾ ਇਲਾਜ ਨਹੀਂ ਨਿਕਲੇ ਕੋਈ ਇਲਾਜ ਨਹੀਂ ਇਹਦਾ ਤਾਂ ਇਲਾਜ ਨੇਚਰ ਹੈ ਇਹਦਾ ਇਲਾਜ ਕੁਝ ਹੋਰ ਨਹੀਂ ਲੇਕਿਨ ਜਿਹੜਾ ਇਹਨਾਂ ਦਾ ਆਊਗਾ ਇਹ ਵੈਕਸੀਨ ਯੂ ਕੈਨ ਬੀ ਪ੍ਰਿਪੇਅਰਡ ਫੋਰ 14 ਟੂ 16 ਮੰਥਸ ਉਸ ਤੋਂ ਪਹਿਲਾਂ ਪੂਰਾ ਵੈਕਸੀਨ ਨਹੀਂ ਹੋਣਾ ਜਿਹੜਾ ਦੁਨੀਆ ਨੂੰ ਕਵਰ ਕਰਦੇ ਸੋ ਯੂ ਹੈਵ ਟੂ ਬੀ ਪ੍ਰਿਪੇਅਰਡ ਔਰ ਆਪਾਂ ਨੂੰ ਉਦੋਂ ਤੱਕ ਟੋਟਲ ਆਪਾਂ ਨੂੰ ਕੰਟਰੋਲ ਰੱਖਣਾ ਪਊ ਜੋ ਡਾਕਟਰ ਸੰਮੁਦਾਸ ਰਹੇ ਨੇ ਔਰ ਫਿਰ ਆਪਾਂ ਪੰਜਾਬ ਨੂੰ ਸਹੀ ਰੱਖਾਂਗੇ ਔਰ ਆਪਣੇ ਦੇਸ਼